ਹੈਲੋ ਭਾਅ ਜੀ, ਗੁਰਬਰੀਕ ਚੌਂਕ ਤੋਂ ਫੁੱਟਬਾਲ ਚੌਂਕ ਵਾਲੇ ਪਾਸ ਜਾਂਦਾ ਭਾਈ ਗੁਰੂ ਜੀ ਅਤੇ ਘਰਦਿਆਂ ਦੀਆਂ ਵਾਲੀਆਂ ਖੋਹ ਕੇ ਫਿਰ ਲੈ ਗਿਆ ਬੰਦਾ, ਇੱਕ ਵਾਲੀ ਖੋਹ ਕੇ ਲੈ ਗਿਆ, ਕੰਨ ਦਾ ਪਾੜ ਥੋੜ੍ਹਾ ਜਿਹਾ ਦੁੱਖ ਤੱਕ ਲੱਗ ਗਿਆ, ਲੋਕ ਖੁੱਲ੍ਹ ਕੇ ਜੇ ਲੋਕ ਨਾ ਖੁੱਲ੍ਹਦਾ ਤਾਂ ਸ਼ਾਇਦ ਉਹਦਾ ਕੰਨ ਪਾੜ ਜਾਣਾ ਸੀਗਾ। ਮੈਂ ਬੰਦੇ ਦਾ ਮਗਰ ਵੀ ਭੱਜਿਆ ਨੰਬਰ ਪਲੇਟ ਤੋਂ ਬਿਨਾਂ, ਜਿਹੜੀ ਗੱਡੀ ਘੁੰਮਦੀਆਂ ਪਈਆਂ ਨੇ ਕਿਹਾ ਇਹਨਾਂ ਫਰਜ਼ ਨਹੀਂ ਬੰਦਾ ਰੋਕਣਾ, ਇਸ ਤੋਂ ਵੱਡਾ ਕੋਈ ਬੰਦਾ ਮਰਵਾਉਣਾ ਇਹਨਾਂ ਸ਼ਹਿਰ ਦੇ ਵਿੱਚੋਂ ਸਾਡੇ ਕੋਈ ਕਿੰਨਾ ਕੁ ਕਾਂਡ ਕਰਵਾਉਣੇ ਯਾਰ ਨੇ। ਮੇਰੇ ਘਰ ਤੁਸੀਂ ਅੱਗੇ ਦੇਖਿਆ ਨਹੀਂ, ਮੇਰੇ ਘਰੋਂ ਖੋਹ ਲੈ ਗਏ ਘਰ ਦੇ ਅੱਗੋਂ, ਅੱਜ ਕੀ ਲੈ ਗਿਆ, ਉਸ ਤੋਂ 2-3 ਮਹੀਨੇ ਪਹਿਲੇ ਕੰਮ ਹੋਇਆ, 2 ਸਾਲ ਪਹਿਲੇ ਹੋਇਆ, ਮੈਂ ਆਪਣੀਆਂ ਕੰਪਲੇਂਟਾਂ ਵੀ ਵਾਪਸ ਲੈ ਲਈਆਂ ਆਪਣੀਆਂ, ਮੈਂ ਆਪਣੀ ਕੰਪਲੇਂਟ ਵੀ ਵਾਪਸ, ਕਿਉਂ ਨਹੀਂ ਤੇਰੇ ਬੱਚਿਆਂ ਨੂੰ ਖਤਰਾ, ਤੇਰੇ ਬੱਚਿਆਂ ਨੂੰ ਖਤਰਾ ਜਦੋਂ ਕੰਪਲੇਂਟ ਕਰੇਗਾ, ਕਰਨਾ ਖਤਰਾ ਕਹਿੰਦਾ। ਮੈਂ ਇਸ ਟਾਈਮ ਗੁਰਬਰੀਕ ਚੌਂਕ ਦੇ ਫੁੱਟਬਾਲ ਚੌਂਕ ਦੇ ਵਿੱਚ ਐਸਪੀ ਮੈਂ ਬਾਹਰ ਖੜਾ, ਦੱਸੋ ਮੈਂ ਕਿੱਧਰ ਜਾਵਾਂ। ਮੈਂ ਇੱਕ ਹੁੰਦਾ ਬਹਾਨਾ ਬਣਾ ਕੇ ਘਰੋਂ ਨਿਕਲਿਆ, ਮੈਂ ਤਿਆਰੀ ਕਰਕੇ ਨਿਕਲਿਆ, ਮੈਂ ਹੌਲੀ ਕਰਾਂ ਇੱਦਾਂ ਕਰਤਾ ਜੀ, ਕੀ ਬੰਦਾ ਗੱਲ ਕਰੇ। ਨਮਸਕਾਰ, ਮੈਂ ਬਬਰੀ ਚੌਂਕ ਦੇ ਕੋਲ ਖੜਾ, ਸਾਡੇ ਭੋਲੇ ਭਾਅ ਜੀ ਮਾਡਲ ਹਾਊਸ ਤੋਂ ਆ ਰਹੇ ਆਪਣੀ ਮਿਸੀ ਦੇ ਨਾਲ, ਇਹਨਾਂ ਦੇ ਕੰਮ ਜਾ ਰਹੇ ਬਾਜ਼ਾਰ ਦੇ ਵਿੱਚ, ਮਿਸੀ ਦੇ ਬਾਲੀਆਂ ਛਿਣ ਕੇ ਲੈ ਗਿਆ, ਭਾਬੀ ਦਾ ਕੰਨ ਸਾਰਾ ਪਟ ਗਿਆ, ਇੱਦਾਂ ਦੇ ਹਾਲਾਤ ਹੈ। 20 ਕਦਮ ਦੂਰ ਨਾਕਾ ਲੱਗਿਆ ਅਤੇ ਸੀਐਮ ਸਾਹਿਬ ਦੇ ਮਿਸੀ ਨੰਗੇ ਜਾ ਰਹੇ ਆ, ਸਕਿਉਰਟੀ ਲੱਗੀ ਹੈ, ਪਰ ਇਹਨਾਂ ਲੋਕਾਂ ਦਾ ਕੋਈ ਖਿਆਲ ਨਹੀਂ। ਇਹ ਹੈ ਮੇਰਾ ਜਲੰਧਰ ਵੈਸਟ, ਜਿਹਦਾ ਬੇੜਾ ਗਰਕ ਕਰਤਾ, ਬੇੜਾ ਗਰਕ ਸੁੱਤੀ ਪਈ ਆ ਪੁਲਿਸ, ਸੁੱਤੇ ਪਏ ਅਫਸਰ, ਲੋਕ ਮਰ ਜਾਣ, ਮਰਡਰ ਹੋ ਜਾਣ, ਨਸ਼ਾ ਵਿਕ ਰਿਹਾ, ਕੋਈ ਬੁਰੇ ਹਾਲਾਤ ਇਸ ਇਲਾਕੇ ਦੇ ਕੋਈ ਸੁਣਨ ਵਾਲਾ ਨਹੀਂ। ਇਹ ਗਰੀਬ ਲੋਕ ਕਿੱਥੇ ਜਾਣ? ਅਗਰ ਆਪਣੇ ਮਿਸੀ ਨਾਲ ਸੇਫ ਨਹੀਂ ਹੈ ਤਾਂ ਦੁਨੀਆ ਕਿਹਨਾਂ ਸੇਫ ਹੋਏਗੀ? ਇੱਕ ਬੰਦਾ ਜਨਾਨੀ ਆਪਣੇ ਕੰਮ ਨਹੀਂ ਜਾ ਰਹੇ ਆ, ਅੱਜ ਸੇਫ ਨਹੀਂ ਹੈ, ਕਿੱਦਾਂ ਦੇ ਹਾਲਾਤਾਂ 'ਚ ਦੁਨੀਆ ਜੀ ਰਹੀ ਹੈ? ਕੋਈ ਜਵਾਬ ਨਹੀਂ ਮੁੱਖ ਮੰਤਰੀ ਦਾ, ਕੋਈ ਇਨਸਾਫ਼ ਨਹੀਂ ਮੁੱਖ ਮੰਤਰੀ ਦਾ, ਇੱਦਾਂ ਦੇ ਬੇਕਾਰ ਹਾਲ ਮੇਰੇ ਹਲਕੇ ਦੇ ਕਰ ਦਿੱਤੇ, ਬੇੜਾ ਗੜ ਕਰਤਾ ਮੇਰੇ ਹਲਕੇ ਦਾ, ਬੇੜਾ ਗੜ ਕਰਤਾ। ਵਿਹਲੇ ਬਹਿ ਗਏ ਸਾਰੇ ਜਣੇ ਚੱਕਰ ਦੇ, ਪੰਜਾਬ ਦੇ ਖਾਸ ਕਰਕੇ ਬੰਦੇ, ਇੱਕ ਇੱਕ ਜਵੇਲਰ ਵਿਹਲਾ ਬਹਿ ਗਿਆ ਹੋਇਆ, ਅੱਜ ਇੰਨੀ ਦਹਿਸ਼ਤ ਬਣ ਚੁੱਕੀ ਵਾਲੀ ਚੈਨ ਤੋਂ, ਰੋਡ ਮੇਨ ਰੋਡ ਹੈ ਯਾਰ ਭਾਜੀ, ਪੂਰਾ ਸਾਫਾ ਬਜ਼ਾਰ ਅੱਜ ਪਰੇਸ਼ਾਨ ਇਹਨਾਂ ਗੱਲਾਂ ਤੋਂ, ਮੇਨ ਰੋਡ ਉਲਟਾ ਚੋਰੀ ਦਾ ਕੇਸ ਪਾ ਕੇ ਸੁਨਿਆਰਿਆਂ ਨੂੰ ਫਸਾਉਂਦੇ ਨੇ ਜਾ ਕੇ ਆ, ਉਲਟਾ ਚੋਰੀ ਦਾ ਕੇਸ ਬਣਾ ਕੇ ਸੁਨਿਆਰੇ ਫਸਾਉਣ ਜਾਂਦੇ ਨੇ, ਜਿਹਨੇ ਇੱਕ ਚੀਜ਼ ਲੈ ਕੇ 100 ਚੀਜ਼ ਉਹਨੇ ਪੱਲੇ ਪਾ ਕੇ ਤਾਂ ਘਰ ਖਾਲੀ ਕਰ ਦਿੰਦੇ ਸੁਨਿਆਰੇ ਦਾ, ਇਹ ਹਲਕਾ ਕੀਤੀਆਂ ਹੋਈਆਂ ਇਹਨਾਂ ਲੋਕਾਂ ਨੇ। ਥਾਣਾ ਕਿਹੜਾ ਜੀ? ਪਿੰਡ ਦਾ 5 ਨੰਬਰ ਜੀ। ਕਿੱਥੇ ਕੌਣ ਆ ਰਿਹਾ? ਹੈਲੋ, ਗਰਾਊਂਡ ਕਿੱਥੇ? SBI ਬੈਂਕ ਦੇ ਕੋਲ ਜੀ, ਬੰਦਾ ਚਾਹੀਦਾ ਜੀ, ਕੋਈ ਸਮਾਨ ਮਿਲਣਾ ਮਿਲੇ ਬੰਦਾ ਚਾਹੀਦਾ, ਉਹ ਕਿੱਦਾਂ ਖੋਹ ਕੇ ਲੱਗ ਗਿਆ, ਪੂਰੀ ਇੰਟੈਲੀਜੈਂਸ ਇੱਥੇ ਫਿਰਦੀ ਪਈ, ਅੱਜ ਹਰ ਬੰਦਾ ਇੱਥੇ ਫਿਰਦਾ ਪਿਆ, ਬੰਦਾ ਚਾਹੀਦਾ ਕੌਣ ਹੈ ਜੀ ਉਹ, ਬਸ 15 ਦਿਨ ਸ਼ਹਿਰ ਚ ਸੀ ਐਮ ਹੋਵੇ, ਸਾਰੇ ਸ਼ਹਿਰ ਦੀ ਜਿਹੜੀ ਪੁਲਿਸ ਇੱਥੇ ਇਕੱਠੀ ਕੀਤੀ ਹੋਵੇ,
ਤੇ ਫਿਰ ਮਾਰਦਾ ਧੋਈ ਜਾਣੀ ਆ ਲਾਣੇ ਦੇ ਮੈਂ ਜੇ ਤਾਂ ਦੀ ਸਰਕਾਰ ਦੇ ਆਈ ਮਹੀਨੇ ਚ ਪੂਰੇ ਸ਼ਹਿਰ ਦਾ ਪੂਰੇ ਪੰਜਾਬ ਦਾ ਬੇੜਾ ਕਰਕੇ ਹੁੰਦਾ ਦੁਨੀਆਂ ਜਿੰਨਾ ਮੁਸ਼ਕਿਲ ਹੋਇਆ ਉੱਥੋਂ ਜਵਾਬ ਨੇ ਉਹ ਸੁਣ ਲਓ ਕੋਈ ਜਵਾਬ ਨਹੀਂ ਹੈ ਫਿਰ ਬਕਵਾਸ ਪਾਈ ਚਲਾ ਲਓ ਕੋਈ ਜਵਾਬ ਨਹੀਂ ਹੈ ਜਿੰਨੀ ਮਰਜ਼ੀ ਬਕਵਾਸ ਸੁਣ ਲਓ ਅਭੀ ਪੜਦੂ ਹੈ ਪੁਲਿਸ ਭਗਵੰਤ ਮਾਨ ਸਾਹਿਬ ਉੱਤੇ ਵੀ ਡੈਕ ਕਰ ਸਕਦਾ ਬੰਦਾ ਉਹ ਆਪਣੇ ਆਪ ਨੂੰ ਦੇਖਣ ਪਹਿਲੇ ਉਹਨਾਂ ਦੇ ਉੱਤੇ ਕਿੱਦਾਂ ਹੋਏਗਾ ਉਹਨਾਂ ਦੇ ਬੰਦੇ ਨੇ ਯਾਰ ਉਹਨਾਂ ਦੇ ਕਿੱਦਾਂ ਜਾਣਾ ਉਹਨਾਂ ਉੱਤੇ ਵੀ ਨੁਕਸਾਨ ਹੋਇਆ ਕਿਸੇ ਵੀ ਮੈਂਬਰ ਤੇ ਨੁਕਸਾਨ ਹੋ ਸਕਦਾ ਗਲਤ ਧਿਆਨ ਕਰਨਾ ਹੁਣ ਆਪ ਹੀ ਤੇ ਲੈ ਕੇ ਆਏ ਪੂਰੇ ਪੰਜਾਬ ਦੇ ਸਾਰੇ ਬਦਮਾਸ਼ ਇਕੱਠੇ ਕਰ ਲਏ ਤੇ ਇੱਥੇ ਬਬਰੀਕ ਚੌਂਕ ਯਾਰ ਖੜਾ ਇੱਧਰ ਮੈਂ ਵਾਲੀ ਖੋਹ ਕੇ ਲੱਗੇ ਫਿਰ ਅਜੀ ਇਹਨਾਂ ਦੀ ਦੂਜੇ ਲੋਕ ਵਾਲੀ ਪਾਈ ਸੀ ਸਪੈਸ਼ਲ ਵਾਲੀ ਤੇ ਲੋਕ ਨਾ ਖੁੱਲੇ ਉਹ ਕੰਨ ਪਾੜ ਕੇ ਲਿਆ ਜੀ ਉਹ ਕੰਨ 'ਚ ਬਲੱਡ ਆ ਗਿਆ ਉਹਦੇ ਮੈਂ ਕੰਮ ਨਿਕਲਿਆ ਸੀ ਆਹ ਘਰੋਂ ਭੈਣ ਘਰੋਂ ਬਾਹਰ ਨਿਕਲਣਾ ਯਾਰ ਔਖਾ ਹੋ ਗਿਆ ਯਾਰ ਸਵੇਰ ਸਵੇਰੇ ਜਾਣਾ ਘਰੋਂ ਬਾਹਰ ਔਖਾ ਵਾ ਸਾਡੀ ਨਾ ਨਿਕਲੀ ਆ ਸਵੇਰੇ ਨਿਕਲੀ ਕਦੋਂ ਲੈ ਕੇ ਜਾਂਦਾ ਉਹ ਯਾਰ ਮੈਨੂੰ ਭੱਜ ਗਿਆ ਇਕੱਲਾ ਹੀ ਨਹੀਂ ਉਹ ਪਿੱਛੇ ਭਜਿਆ ਉਸ ਤੋਂ ਬਾਅਦ ਨਾਲ ਟੱਚ ਕਰਕੇ ਕੋਸ਼ਿਸ਼ ਕੀਤੀ ਧੱਕਾ ਮਾਰਨ ਦੀ ਵਾਰੀ ਵਾਰੀ ਮੈਂ ਆਪਣੇ ਸੰਭਾਲਿਆ ਮੈਨੂੰ ਉਤਾਰਿਆ ਤੇ ਮਗਰ ਗਿਆ ਵਾ ਉਹਦੀ ਮੈਨੂੰ ਬੰਦਾ ਮੰਤਰੀ ਸ਼ਹਿਰ ਦੇ ਵਿੱਚ ਹੈ ਕੀ ਸਕਿਉਰਿਟੀ ਹੈ ਚਲੋ ਸਾਡੇ ਤਾਂ ਹੱਥ ਮਾੜੇ ਕੀਤੇ ਹੀ ਹੈ ਪਬਲਿਕ ਆਮ ਪਬਲਿਕ ਮਰਨ ਦੀ ਹੈ ਅੱਗੇ ਮੈਂ ਚਾਰ ਕਮਰੇ ਦਾ ਕਰਤਵਾ ਜਨਾਬ ਮੇਰੀ ਬੇਨਤੀ ਸੁਣ ਲਿਓ ਅੱਗੇ ਮੇਰੇ ਘਰ ਦੇ ਅੱਗੇ ਵਾਲੀਆਂ ਖੋਹ ਕੇ ਲੰਘ ਗਏ ਅਸੀਂ ਬੇਨਤੀ ਕਰਦੀ ਦੀਆਂ ਜਦੋਂ ਵਾਲੀਆਂ ਖੋਹੀਆਂ ਗਈਆਂ ਸੀਗੀਆਂ ਮੈਂ ਕੋਰਟ ਤੱਕ ਪਹੁੰਚਿਆ ਸੀ ਉੱਥੇ ਜਾ ਕੇ ਇੱਕ ਮੁਲਾਜ਼ਮ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਮਹਿੰਗਾ ਪੈਸਾ ਯਾਰ ਵਾਪਸ ਮਿਲਣਾ ਐਵੇਂ ਕੋਰਟਾਂ ਦੇ ਚੱਕਰ ਲਾਉਂਦਾ ਰਹੇਗਾ ਤੁਹਾਨੂੰ ਪਹਿਲੇ ਗੱਲ ਕਰਦਾ ਕਲੀਅਰ ਮੈਂ ਇਸ ਬਾਰੇ ਕੰਪਲੇਂਟ ਨਹੀਂ ਕਰੀ ਆਪਣੀ ਕਾਰਵਾਈ ਕਰੋ ਮੈਂ ਤਿੰਨ ਵਾਰੀ ਕੰਪਲੇਂਟ ਕਰ ਲਾਂਗਾ ਚਾਰ ਵਾਰੀ ਕਰ ਲਾਂਗਾ ਮੈਨੂੰ ਦੱਸੋ ਮੇਰਾ ਹਾਲ ਕੱਢੋ ਮੇਰਾ ਹਾਲ ਕੱਢੋ ਮੈਂ ਕੰਪਲੇਂਟ ਕਰਦੀ ਕੰਪਲੇਂਟ ਦਵਾਂ ਮੈਂ ਬਣ ਗਿਆ ਦੁਸ਼ਮਣ
ਪਹਿਲਾ ਬੰਦਾ ਬਜ਼ੁਰਗ ਮਾਰੀ ਦੇ ਕਰ ਕੀ ਜੀ ਜੋ ਸਿਰਫ ਲੋਕ ਹਰਦੀ ਤਾਂ ਮੇਰੀ ਭਰਜਾਈ ਮਾੜਾ ਖੋਗ ਲੈ ਕੇ ਐਕਟਿਵਾ ਦੇ ਕੁੜੀਆਂ ਦੇ ਨਾਲ ਜਾਂਦੀ ਉਹ ਵੀ ਕੰਪਲੇਂਟ ਦਿੱਤੀ ਉਹਦਾ ਹਾਲ ਨਹੀਂ ਨਿਕਲਿਆ ਹੋਰ ਕੰਪਲੇਂਟ ਨੋਟ ਕਰ ਲਓ ਪਰ ਹਾਲ ਨਹੀਂ ਨਿਕਲਿਆ ਬੰਦਾ ਫੜੋ ਜਾ ਕੇ ਕਿੱਥੇ ਗਿਆ ਕਿੱਥੇ ਮੈਂ ਕਿੱਥੇ ਜਾ ਨੰਬਰ ਦਾ ਸਾਈਡ ਕਿਹੜੀ ਗੱਲੋਂ ਨਿਕਲਿਆ ਪੀ ਆਈ ਪੀ ਏਰੀਆ ਚੱਲਣ ਡਿਆ ਸਾਰਾ ਸਾਰੀ ਇੱਥੇ ਬੈਠੀ ਪੂਰੇ ਇੰਡੀਆ ਦੀ ਪੂਰਾ ਪੰਜਾਬ ਦੀ ਆ ਭਾਜੀ ਤੁਸੀਂ ਕੱਖ ਨੀ ਵੇਖਣਾ ਫੇਰ ਸਿਸਟਮ ਤੁਹਾਡਾ ਹੋ ਚੁੱਕਾ ਹੈ ਭਾਈ ਧਮਕੀ ਮਿਲੀ ਸੀ ਜਿਹਦੀ ਕੰਪਲੇਂਟ ਸਾਰਿਆਂ ਦੇ ਇਹ ਜਿੰਨਾ ਕੁ ਅਮਲਾ ਹੈ ਨਾ ਹੁਣ ਜਿੰਨੀ ਦੇਰ ਤੱਕ ਜਲੰਧਰੋਂ ਇਹਨਾਂ ਨੂੰ ਹੋਰ ਏਰੀਆ ਚ ਭੇਜ ਕੇ ਨਵਾਂ ਅਮਲਾ ਇੱਥੇ ਨਹੀਂ ਦੇਣਾ ਅਸੀਂ ਜ਼ਿੰਮੇਵਾਰ ਸੁਧਾਰ ਨਹੀਂ ਮੈਂ ਲੋਕਾਂ ਦੇ ਵਿੱਚ ਬੈਠ ਸਾਡੀਆਂ ਵਿੱਚ ਸਾਡਾ ਬਹੁਤ ਵਾਰ ਬੰਦੇ ਆ ਰਹੇ ਸਾਡਾ ਬਹੁਤ ਵਾਰ ਤਕਰੀਬਨ 15-20 ਦਿਨ ਪਹਿਲਾਂ ਘਰ ਦੇ ਬਾਹਰ ਵਾਰੀ ਲੱਗੀ ਹੈ ਹੁਣ ਦੁਬਾਰਾ ਦੂਸਰਾ ਫਿਰ ਕਾਂਡ ਹੋ ਗਿਆ ਇਸ ਟਾਈਮ ਅਸੀਂ ਇਹ ਦੇਖ ਰਹੇ ਜੇ ਸੀਐਮ ਸਾਹਿਬ ਜਲੰਧਰ ਦੇ ਵਿੱਚ ਹੋਣ ਤੇ ਫਿਰ ਵੀ ਇਦਾਂ ਦੇ ਕਾਂਡ ਸਾਰੇ ਗੁੰਡੇ ਚੱਪੇ ਦੇ ਭਾਜੀ ਬੂਟ ਲੱਗੀ ਚੱਪੇ ਚੱਪੇ ਦੇ ਸਾਰੇ ਗੁੰਡੇ ਫਿਰ ਵੀ ਨਹੀਂ ਜਲੰਧਰ ਦੇ ਜਿੰਨੇ ਕਮਾਲ ਹੋ ਗਈ ਇਦਾਂ ਦੀ ਇਹ ਮੁੱਟੀ ਜਿੰਨੇ ਜਲੰਧਰ ਦੇ ਗੁੰਡੇ ਜਲੰਧਰ ਦੇ ਬਦਮਾਸ਼ ਸਾਰੇ ਚੱਕੀ ਬੇਲ ਸਭਾ ਖੜੇ ਚੱਕੀ ਬੇਲ ਦੇ ਬਾਹਰ ਜਿੰਨੇ ਚੱਕੇ ਜਿੰਨੇ ਚੋਰ ਜਿੰਨਾ ਮੁਸ਼ਕਿਲ ਹੋ ਚੁੱਕਾ ਇਹ ਲੋਕ ਖੌਫ ਦੀ ਜ਼ਿੰਦਗੀ ਜੀ ਰਹੇ ਖੌਫ ਦੀ ਜ਼ਿੰਦਗੀ ਅਗਰ ਇੱਦਾਂ ਦਾ ਰੋਡ ਜਿਹਦੇ ਉੱਤੇ ਅੱਜ ਜਗਜੀਵਨ ਰਾਮ ਰੋਡ ਹੋਇਆ ਜਿੱਥੇ ਮਾਰਕੀਟ ਦੁਨੀਆਂ ਜਾ ਰਹੀ ਹੈ ਤੇ ਇਹ ਰੋਡ ਨਹੀਂ ਸੇਫ ਲੋਟੂ ਸੈਨਾ ਚੋਰ ਸੈਨਾ ਇਹ ਆਮ ਆਦਮੀ ਨੇ ਕਿੱਥੇ ਕੀਤੀ ਹੈ ਅੱਜ ਸੀਐਮ ਜਲੰਧਰ ਚ ਮੰਤਰੀ ਜਲੰਧਰ ਚ ਉਹਨਾਂ ਦੀ ਧਰਮ ਪੁੱਤਰੀ ਦਾਨਿਸ਼ ਬੰਦਾ ਚ ਤੇ ਬੰਦਾ ਤਾਂ ਸੇਵ ਨਹੀਂ ਹੈਗਾ ਇੱਕ ਬੰਦੇ ਦੇ ਉੱਤੇ ਤੀਜੀ ਚੌਥੀ ਪੰਜਵੀਂ ਵਾਰੀ ਕੰਮ ਹੋਇਆ ਹੋਵੇ ਉੱਤੋਂ ਬੱਚਿਆਂ ਦਾ ਖਤਰਾ ਹੋਵੇ ਸਾਡਾ ਸਾਰਾ ਪਰਿਵਾਰ ਖੋਖ ਦੇ ਵਿੱਚ ਆ ਗਿਆ ਚੰਗੀ ਇਲੈਕਸ਼ਨ ਆਈ ਅਸੀਂ ਟੰਗੇ ਪੇਸ਼ ਕਰੇ ਨੇ।
ਜ਼ਿੰਦਗੀ ਨੂੰ ਸੇਵ ਕਰੋ, ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਹਾਂ। ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਤੁਸੀਂ ਦੇਖੋ ਕਿ ਅਗਰ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਕਿਸੇ ਮੀਟਿੰਗ ਤੇ ਜਾਣਾ ਹੁੰਦਾ, 200 ਮੁਲਾਜ਼ਮ ਪੁਲਿਸ ਦਾ ਲਗਾ ਦਿੰਦੇ ਹੋ, 200 ਮੁਲਾਜ਼ਮ ਦੁਕਾਨਾਂ ਬੰਦ ਕਰਾ ਦਿੰਦੇ ਹੋ, ਰੇਹੜੀਆਂ ਵਾਲੇ ਵਿਚਾਰੇ ਕੌਮ ਦੇ ਵਿੱਚ ਹੈ। ਮੈਂ ਤੁਹਾਨੂੰ ਬੇਨਤੀ ਕਰਦਾ, ਤੁਸੀਂ ਸਾਨੂੰ ਸੇਵ ਕਰੋ, ਕਿਰਪਾ ਕਰਕੇ ਅੱਜ ਜਿਹੜੀਆਂ ਚੋਰੀਆਂ ਆ ਡਕੈਤੀਆਂ ਹੋਈਆਂ ਸਾਨੂੰ ਇੱਥੋਂ ਨਜਾਤ ਦਿਓ। ਅਸੀਂ ਤੁਹਾਡੇ ਤੋਂ ਬਹੁਤ ਉਮੀਦਾਂ ਰੱਖੀਆਂ, ਅਗਰ ਅਸੀਂ ਭਗਤ ਸਿੰਘ ਦੀ ਸੋਚ ਰੱਖਦੇ ਹਾਂ ਤੇ ਤੁਸੀਂ ਸਾਨੂੰ ਵੀ ਕਿਰਪਾ ਕਰਕੇ ਅਸੀਂ ਤੁਹਾਡੇ ਅੱਗੇ ਇਹੀ ਬੇਨਤੀ ਕਰਦੇ ਹਾਂ, ਸੇਫ ਕਰ ਦਿਓ, ਅਸੀਂ ਬਹੁਤ ਦੁਖੀ ਹੋਏ। ਚੱਪੇ ਚੱਪੇ ਤੇ ਅਸੀਂ ਵੋਟਾਂ ਨੂੰ ਕੁਛ ਨੀ ਲੈਣਾ ਦੇਣਾ, ਕੋਈ ਦਿੱਕਤ ਨੀ, ਲੇਕਿਨ ਤੁਸੀਂ ਸਾਨੂੰ ਸੇਫ ਕਰੋ, ਬਸ ਸੇਫ ਲੇਕਿਨ ਆ ਜਿਹੜੀਆਂ ਚੋਰ ਡਕੈਤੀਆਂ, ਅਗਰ ਸਾਡੀ ਫੈਮਿਲੀ ਮੈਂਬਰ ਉਹਨੇ ਵਾਲੀ ਕੋਈ ਡਿੱਗ ਜਾਂਦੀ, ਕੋਈ ਗੱਡੀ ਲੰਘ ਜਾਂਦੀ, ਕੌਣ ਜ਼ਿੰਮੇਵਾਰ ਹੁੰਦਾ ਦੱਸੋ, ਉਹਦਾ ਕੌਣ ਜ਼ਿੰਮੇਵਾਰ? ਸਾਡੇ ਘਰ ਦਾ ਜੀਏ ਕੋਰਟ ਦਾ ਵੀ ਮੈਂ ਚਲਾ ਗਿਆ, ਸਾਰੇ ਕੰਮ ਹੋ ਗਏ, ਬੰਦੇ ਅਫਸਰ ਨੇ ਇੰਨੀ ਗੱਲ ਕਹੀ ਛੱਡ ਪਰੇ, ਕੱਲ ਨੂੰ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ, ਤੂੰ ਬੰਦੇ ਪਛਾਣੇਗਾ ਮਿਹਨਤ ਕਰਨ ਦਾ। ਦੇਖੋ ਇਸ ਗੱਲ ਦੇ ਉੱਪਰ ਨਜ਼ਰ ਕਰੇ, ਅਸੀਂ ਇਹ ਨੀ ਕਹਿੰਦੇ ਕਿਨੂੰ, ਪਰ ਸੋਚ ਵੱਖਰੀ ਜਿਹੜੀ ਹੋ ਵੀ ਰਿਹਾ ਇਸ ਏਰੀਆ ਜਿੰਨਾ ਸ਼ਹਿਰ ਦੇ ਵਿੱਚ ਹੋ ਗਈ ਰਿਹਾ, ਪੂਰੇ ਪੰਜਾਬ ਦੇ ਬੇੜਾ ਕਰ ਰਹੀ ਹੈ, ਹਰ ਕਾਰੋਬਾਰ ਦੇ ਉੱਤੇ ਬੇੜਾ ਗਰਕ ਕਰਕੇ ਰਾਤਾਂ ਫੜ ਕੇ ਕੋਈ ਡਿਊਟੀ ਕੋਈ ਸਿਸਟਮ ਹੈ ਵੀ ਨਹੀਂ, ਹੈਗਾ ਨਹੀਂ ਆ ਰਹੀ, ਕੋਈ ਪਾਰਟੀ ਬਾਜੀ ਦੀ ਗੱਲ ਨਹੀਂ ਮੈਂ ਕਰਦਾ, ਅੱਜ ਮੈਂ ਪਾਰਟੀ ਬਾਜੀ ਦੀ ਨਹੀਂ ਗੱਲ ਕਰਦਾ, ਮੈਂ ਪਾਰਟੀ ਬਾਜੀ ਦੇ ਉੱਠ ਕੇ ਗੱਲ ਕਰਦਾ, ਦੋ ਢਾਈ ਸਾਲ ਤੋਂ ਕੰਮ ਚੱਲਦਾ ਪਿਆ, ਸਾਡੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ, ਸਾਡੇ ਕਾਰੋਬਾਰ ਦਾ ਬੇੜਾ ਗਰਕ ਹੋ ਗਿਆ, ਉਹ ਕਾਰਨ ਵਾਲੀਆਂ ਵੀ ਖੋਈਆਂ ਗਈਆਂ, ਚੈਨਾਂ ਵੀ ਖੋਈਆਂ ਗਈਆਂ, ਕਾਰੋਬਾਰ ਬੰਦ ਹੋ ਗਿਆ ਮਾਰਕੀਟ ਦੇ ਵਿੱਚ। ਅੱਜ ਕੱਲੇ ਕੱਲੇ ਜਵੈਲਰ ਦਾ ਜਾ ਕੇ ਹਾਲ ਪੁੱਛੋ, ਕੱਲੇ ਕੱਲੇ ਜਵੈਲਰ ਦਾ ਹਾਲ ਜਾ ਕੇ ਪੁੱਛੋ ਕੀ ਹਾਲ ਆ,
ਕੱਲਾ ਕੱਲਾ ਜੁਐਲਰ ਸਾਹਿਬ ਦੇ ਬੈਠਣ ਨੂੰ ਤਿਆਰ ਬੈਠਾ, ਪਰ ਮਜਬੂਰੀ ਸ਼ਾਹੂਕਾਰੀ ਦੇ ਬੰਦੇ ਆਪਣੇ ਆਪ ਨੂੰ ਨਹੀਂ ਦਿਖਾ ਸਕਦੇ ਬਈ ਅਸੀਂ ਇੱਦਾਂ ਦੇ ਲੋਕ ਹਾਂ। ਉਹ ਪੜ੍ਹੇ ਲਿਖੇ ਲੋਕ ਨੇ, ਅਸੀਂ ਸੜਕਾਂ ਉੱਤੇ ਬੈਠਣ ਵਾਲੇ ਵਿੱਚੋਂ ਨਹੀਂ ਹੈਗੇ। ਸੁਧਾਰ ਕਰ ਲਓ, ਕਰ ਲਓ ਸੁਧਾਰ, ਕਰ ਲਓ, ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਸਰਕਾਰਾਂ ਅੱਗੇ ਬੇਨਤੀ। ਚਲਦੀ ਰੋਡ ਤੇ ਹਾਲ ਸਾਹਿਬ, ਚਲਦੀ ਰੋਡ ਤੇ ਜਾਣਾ ਸੀ ਸਰ ਮੈਂ ਕਰਨਾ ਕੁਛ ਨੀ ਇਹਨਾਂ ਨੇ ਕਰਨਾ ਕੁਛ ਨੀ।